نماز پڑھ رہا ہے. اس وقت جنگ چامنی تالی دی اجازت ہے چار رکعات دا ٹائم ہے. خواجہ ویسے کرنی جائے بتی دند کٹ سکتے. عاشق نبی ایک نت اتنے کھڑے امارا دے جنگ چامنی تالی بولے دے مسلح لپیٹ کے بغل چ پا کے آ دے امار برا نال رلائی چل امارا دے ویسے جگرو بھومن والے نماز تا پڑھ لائے خواجہ ویسے کرنی آ دے جب تک حجت خدا دا جواب نہ دے ماں یہ ہوندی نہیں. اچھا تو آدھے دا تھا تینو سمجھا جب تک علی دے صد دا ہن ساڈے دور دا وارث ولی العام سبحان اللہ جلے کعبہ دی چھت تو آواز دے سی یا ایہو الناس اجلس الی الحق میں نماز پڑھ رہی ہوں اللہ دے توڑنا نماز لمبی کا پہلے حجت خدا دے صد دا جواب دے پھر نماز پڑھ. اور میرے سامنے 10,000 دا مجمع اور دنیا دے فتوے تے نہ چل اور میں ہر چیز جاندا جیندے سد دا جواب نماز واجب وچ واجب ہے اگر اولی نماز وچ آ جاوے تا باطل کیوں ہے. دین مولوی دے پیو دا مولوی دین دا ماما لگ دے علی روح عبادات جیتے رہو سنائی ہے جنگ ہن تو 16 نے جوڑ گئے علی آدھے اگر ہن جواب نہ آیا تو خارج اس اسلام ہو جاسو زیغم حق شیر کردگار سلطان امکان زینت دارین عظمت حرمائن سر اللہ فی العالمین جاؤ فی کعبہ دا مولود معلم جبرائیل کاتب وحی امکان دے نظام نو انگل دے اشارے تے کنٹرول کرن والا علی کھڑا ہویا انا یا رسول اللہ یا رسول اللہ میں جان نثار جو موجود آ انہیں موئن نو کیوں مرے نے برہاز ہی مجمع شاباش یا علی تیاری ہے تیاری لباس عجیب ہے پیر غلام بادشاہ صاحب قبلہ سید زادہ پیران خوشنود پردائے ہے بد دستار فضیلت کمر بند محبت نالین عظمت انگشتری سلیمان زرہ داؤد تعویز زہرا علم نظار کمان قائدار ردائے آدم خلت ابراہیم صفوت عیسیٰ کلمت اللہ موسیٰ دستار مصطفیٰ چال ہی قدم بیر علم دے نیڑے فاتح سکلین علی آ کھلوتا بڑے اچھے بھائی مولا توانو رنگ لا تو سا جیون دے تو آڈے دشمن مجبور ہو جا تو سا آباد را محبان آل بیت تو آڈا ولی العمر رکھوا کافی اے یا علی دا حملہ سناما
ਕਿਹੜੀ ਗੱਲ ਹੈ? 40 ਕਦਮ ਬੀਰ ਲੰਘ ਨੇੜੇ ਇੱਕ ਸਲਮਾਨ ਪਾਕ ਨਾਲ ਚੰਦ ਡੋਲ ਚਾਈ ਵਧੇ 70,000 ਜਿੰਨਾਤ ਜਿਗੈਂਟਿਕ ਬਾਡੀ ਅਜ਼ੀਮੁਲ ਜੁੱਸਾ ਫੀਲ ਕਾਮਾ ਦੇਵ ਹੈ ਕਲ ਸ਼ਰਰ ਬਾਰ ਅੱਖੀ ਲੰਬੇ ਲੰਬੇ ਦੰਦ ਕਰੀ ਹੁਲ ਮੰਜ਼ਰ ਮੂੰਹ ਹਿਚੋ ਅੱਗ ਅੱਖਾਂ ਹਿਚੋ ਅੱਗ ਬਾਲ ਬਾਲ ਹਿਚੋ ਅੱਗ ਹੱਥਾਂ ਦੇ ਨਵਾਂ ਹਿਚੋ ਅੱਗ ਆਗੀ ਆਗੇ ਮੌਤ ਦਾ ਦੇਵਤਾ ਬਣ ਕੇ ਮੁਮੀ ਤੁਲ ਮੌਤ ਦੇ ਅੱਗੇ ਆਰਜ਼ੀ ਰੁਕਾਵਟ ਬਣਨ ਦੀ ਅਬਸ ਕੋਸ਼ਿਸ਼ ਪੈ ਕਰਦਨ ਯਾਰ ਦੇਹਾਤ ਆਈ ਕਿਆ ਬਾਤ ਹੈ ਤੇਰੇ ਸੁਣਨ ਦੀ ਨਰਮੀ ਨਾਲ ਅਲੀ ਆਦੇ ਓ ਨਸਲ ਸ਼ੈਤਾਨ ਔਲਾਦ ਇਬਲੀਸ ਉਮਤ ਅਜ਼ਾਜ਼ੀਲ ਸ਼ੁਕਰ ਕਰੋ ਮੁਹੰਮਦ ਅਲੀ ਤੁਹਾਡੀ ਜ਼ਲੀਲ ਜ਼ਮੀਨ ਚ ਮਹਿਮਾਨ ਫਿਲਹਾਲ ਤੁਹਾਡੇ ਬਰਬਾਦੀ ਦਾ ਅਲੀ ਦਾ ਇਰਾਦਾ ਨਹੀਂ ਕੌਨੈਨ ਦੇ ਮਾਲਿਕ ਮੇਰੇ ਸਰਦਾਰ ਮੁਹੰਮਦ ਮੁਸਤਫਾ ਪਾਣੀ ਦੀ ਮਸ਼ਕ ਜ਼ਰੂਰਤ ਹੈ ਸ਼ਰਾਫਤ ਲਾਲ ਮਸ਼ਕ ਲਾਓ ਭਰ ਦਿਓ ਅਲੀ ਦੁਆ ਕਰਕੇ ਚੱਲਾ ਜਾ ਸੀ ਦਿਨ ਆ ਦਿਨ ਇਹ ਖੈਬਰ ਨਹੀਂ ਇਹ ਬਦਰ ਨਹੀਂ ਇਹ ਹੁਨੈਨ ਨਹੀਂ ਉਹ ਮੱਕੇ ਦੇ ਯਹੂਦੀ ਬਜੂਸੀਆਂ ਨੇ ਜਿਨ੍ਹਾਂ ਨੂੰ ਭਜੇਂਦਾ ਰਹੇ ਜਿਨ੍ਹਾਂ ਨਾਲ ਵਾਸਤਾ ਆ ਗਿਆ ਸੈਕੜੇ ਬਾਦਸ਼ਾਹ ਨਸੱਲਾ ਸ਼ਾਹੀ ਨਹੀਂ ਦਿੱਤੀ ਆ ਨਾਜ਼ਨੀਨ ਜਬੀਨ ਏ ਇਸਲਾਮ ਦਾ ਕੀਮਤੀ ਮਾਲ ਏ ਮੁਹੰਮਦ ਦਾ ਜ਼ੋਰ ਏ ਕਮਰ ਏ ਘਰਾਨੇ ਘਰ ਦਾ ਲਾਲ ਏ ਤੇਰੇ ਉੱਤੇ ਤਰਸ ਆਂਦੇ ਮਿੰਟ ਦਾ ਵਖਵਾਈ ਜਿੰਦ ਬਚਾ ਟੁਰ ਜਾ ਸਾਡੇ ਕੋਲੋਂ ਕਤਰਾ ਨਹੀਂ ਤੂੰ ਮਸ਼ਕਾ ਲੈ ਆਏ ਅਲੀ ਅੱਜ ਅੰਨੀ ਮਾਂ ਦੇ ਅੰਨੇ ਪੁੱਤਰ ਜਿਹੜੇ ਐਨ ਤੇ ਟੁਰ ਗਏ ਨੇ ਫਸਲੀ ਹਨ ਅਸਲੀ ਦਾ ਕਦਮ ਆ ਜਾਏ ਬੜੇ ਸੁਣਨ ਵਾਲੇ ਲੋਕ ਹਰ ਸ਼ਾਇ ਸੁਣਦੇ ਹੋ 40,000 ਜਨ ਹਮਲੇ ਤੇ ਜੁੜਿਆ ਅਲੀ ਦੇ ਖਾਨੇ ਚਸ਼ਮੇ ਚ ਅਲਵੀ ਅੱਖ ਵਿਫਰੀ ਗਜ਼ਬ ਦੀ ਅੱਖ ਅਲੀ ਵੇਖੀ ਬਿਜਲੀ ਏ ਚਸ਼ਮੇ ਨੇ ਅਲੀ ਦੀ ਤਾਬ ਨਾ ਲਾ ਕੇ ਖੂਹ ਦੀ ਤਾਹ ਜਗਾਏ ਅਲੀ ਅਜੇ ਸਲਮਾਨ ਜੀ ਸਾਰਾ ਈਮਾਨ ਡੋਲ ਪੇਸ਼ ਕਰ ਅਲੀ ਡੋਲ ਪਾਇਆ ਸੈਯਦਾ ਸੱਚ ਪੜਾ ਜਿਨ੍ਹਾਂ ਰੱਸੀ ਕੱਟੀ ਸਲਮਾਨ ਅੱਜ ਹੋਏ ਬਚੜੇ ਜੀਵਨੀ ਨਰਮੀ ਅੱਜ ਵਰਤਦਾ ਪੈ ਜਿੰਨ ਦੇ ਪੁੱਤਰ ਅਲੀ ਅੱਜ ਦੂਸਰਾ ਦੇ ਅਲੀ ਦੂਸਰਾ ਡੇਲ ਡੋਲ ਦਿੱਤਾ ਜਿੰਨਾ ਮੁੜ ਰੱਸੀ ਕੱਟੀ ਸਲਮਾਨ ਅੱਜ ਬਾਦਸ਼ਾਹ ਤੇਰੇ ਪਾਣੀ ਭਰਨ ਦੀ ਨੀਅਤ ਹੀ ਨਹੀਂ ਇਤਨੇ ਤੱਕ ਅਲਵੀ ਜਲਾਲ ਦਾ ਖੂਨ ਅਲੀ ਦੀ ਫਲਕ ਜਬੀਨ ਸਿਬਕਤੁੱਲਾ ਦੀ ਸੁਰਖੀ ਬਣ ਕੇ ਰਮਕ ਮਾਰ ਸ਼ਾਬਾਸ਼ ਅਲੀ ਖੂਹ ਵਿੱਚ ਵੇਖਿਆ ਦੇ ਹੁਣ ਮੇਰੇ ਡੋਲ ਨਾਲ ਹਰਕਤ ਹੋਈ ਕਲਮਾ ਪੜਾ ਕੇ ਛੱਡ ਸਾ ਦੀਨ ਸਿਖਾ ਕੇ ਛੱਡ ਸਾ ਖੂਹ ਵਿੱਚ ਆ ਕੇ ਦੱਸੇ ਸਾ ਅਲੀ ਮੈਂ ਉਸ ਇਲਾਕੇ ਦਾ ਟਾਪ ਦਾ ਮਜਮਾ ਅਲੀ ਤੀਸਰਾ ਡੋਲ ਪਾਇਆ ਸੱਚ ਬਣਾ ਜਿੰਨਾ ਰੱਸੀ ਕੱਟੀ ਜਾ ਰੱਸੀ ਦਾ ਕੱਟਣਾ ਆ ਮਾਹੌਲ ਤੋਂ ਬੇਨਿਆਜ਼ ਹੋ ਕੇ ਤਾ ਹਿਚਾ ਹਿਚ ਅੱਲਾ ਦੇ ਸ਼ੇਰ ਜੰਪ ਲਾਇਆ ਸ਼ਾਬਾਸ਼ ਹੁਣ ਮੇਰੇ ਵੇਦਾ ਰਹੀ ਮੈਂ ਕਰੀਬ ਆ ਗਈ ਤ੍ਰੈ ਹਮਲੇ ਹਨ ਅਲੀ ਦੇ ਪਹਿਲੇ ਹਮਲੇ ਤੇ ਮੈਮਨਾ ਤਬਾਹ 13,00,000 ਜਿੰਨ 2,70,000 ਅਲੀ ਖੂਹ ਵਿੱਚ ਕਤਲ ਕੀਤਾ ਜਲੇ ਤੀਸਰਾ ਹਮਲਾ ਸ਼ੁਰੂ ਥਾ ਤਿਆਰ ਬੁੱਢੇ ਜਿੰਨ ਅਲੀ ਦੇ ਕਦਮ ਫੜ ਕੇ ਆਦਨ ਮਾਰਨ ਦੀ ਮੰਨਤ ਮੰਨੀ ਏਈ ਆ ਬਖਸ਼ਾਣੀ ਜਾਣ ਦੇ ਕੋਈ ਬੈਠ
ਸੱਦ ਦਾਵੇ ਮੈਂ ਆਖਰੀ ਪਿਖਰਾ ਕਾ ਤਿਆਰ ਥਾ ਬੈਠੇ ਹੋ ਭਾਈ ਸਾਰਾ ਮਜਮਾ ਇਜਾਜ਼ਤ ਹੈ ਤੁਹਾਡੇ ਮਹਿਮਾਨ ਹੈ ਤਿਆਰੀ ਏ ਜਿਨ੍ਹਾਂ ਦਿਨ ਮਾਰਨ ਦੀ ਮੰਨਤ ਮੰਨੀ ਏ ਜਾਂ ਬਖਸ਼ਣ ਹੀ ਜਾਣਦੇ ਅਲੀ ਆਜਾ ਅੰਧੀ ਮਖਲੂ ਮੈਂ ਇੰਤਕਾਮ ਤੇ ਜੁੜ ਜਾਵਾਂ ਅੱਲਾਹ ਦੇ ਜਲਾਲ ਦਾ ਦੂਸਰਾ ਨਾਮ ਅਲੀ ਸੁਭਾਨ ਅੱਲਾਹ ਅਤਾ ਤੇ ਜੁੜ ਜਾਵਾਂ ਬਾਦ ਅੱਲਾਹ ਤੇ ਨਬੀ ਦੇ ਮੈਂ ਜੀਆਂ ਬਖਸ਼ਣ ਵਾਲਾ ਜਮਿਆ ਨਹੀਂ ਜਿੰਨਾ ਦਿਨ ਜਲਾਲ ਵਿਖਾਈ ਅਤਾ ਵਿਖਾ ਉਹ ਦੂਰ ਤੋਂ ਆਵਣ ਵਾਲੇ ਇਸੇ ਵੇਲੇ ਟਿੱਬੇ ਤੇ ਜ਼ੈਨਾਬਾਦ ਆਈ ਹੁਣ ਮੇਰਾ ਕੋਈ ਨਹੀਂ ਰਿਹਾ ਛੱਡ ਦੇ ਬੇਟਾ ਪੱਖਾ ਸ਼ਾਬਾਸ਼ ਆਖਰੀ ਮੋਮਿਨ ਆ ਮੇਰਾ ਚੰਨ ਜਿੱਥ ਦਿਲ ਆਖੀ ਆਦ ਤੂੰ ਇੰਜ ਨਾ ਆਖ ਸੱਯਦ ਮੈਨੂੰ ਰੋਕਿਆ ਹਾ ਯਾਰਾਂ ਲੱਖ ਜਿੰਨ ਬਈਅਤ ਕਰਦਾ ਪਾਏ ਸ਼ੀਆ ਦਾ ਪਹਿਲਾ ਇਮਾਮ ਬਈਅਤ ਲੈਂਦਾ ਪਾਏ ਯਾ ਪੰਜਾ ਜਿੰਨ ਔਰਤ ਦੇ ਰੋਣ ਦੀ ਆਵਾਜ਼ ਅਲੀ ਇੱਕ ਬੁੱਢੇ ਜਿੰਨ ਨੂੰ ਆਦੇ ਇਹ ਮਸਤੂਰਾ ਕਿਉਂ ਰੋ ਰਹੇ ਉਹ ਆਦੇ ਵੀਰੇ ਲੰਮਦੇ ਬਾਦਸ਼ਾਹ ਦਾ ਧੀਆਂ ਭੈਣਾਂ ਤੁਹਾਡੇ ਪਹਿਲੇ ਹਮਲੇ ਚ ਸਾਡਾ ਬਾਦਸ਼ਾਹ ਮਾਰਿਆ ਗਏ ਇਹ ਵਾਰਸ ਨੂੰ ਪਿਆ ਰੋਣ ਅਲੀ ਆਦੇ ਦੌੜ ਕੇ ਜਾ ਇਹਨਾਂ ਨੂੰ ਆਖ ਮੈਂ ਜ਼ੈਨਬ ਜੈ ਧੀ ਦਾ ਬਾਬਾ ਅਲੀਆ ਮੈਂ ਤਾਂ ਸਮਝਾ ਤੂੰ ਥੱਕ ਗਏ ਮੈਂ ਬੀਬੀ ਜ਼ੈਨਬ ਜੈ ਧੀ ਦਾ ਬਾਬਾ ਅਲੀਆ ਮੈਂ ਜੈ ਸ਼ਰੀਫ ਸੁਲਤਾਨ ਦੀ ਸ਼ਾਹੀ ਕਿਸੇ ਨੂੰ ਇੱਜ਼ਤ ਦਾ ਫਿਕਰ ਨਹੀਂ ਕਦੇ ਹੀ ਰੁੱਲ ਗਈਆਂ ਤਾਂ ਮੈਂ ਅਲੀ ਦਾ ਧੀਆ ਹਾ ਬਜ਼ੁਰਗਾ ਪੰਜਾ ਜਿੰਨ ਸਮਾਣੀ ਸਾਹਮਣੇ ਰੋਮਣ ਆ ਕੜੀ ਮਲੰਗ ਅਲੀ ਆਦੇ ਵਾਰਸ ਨੂੰ ਰੋਂਜਾਓ ਨਹੀਂ ਆ ਅਲੀ ਤਾਂ ਇਮਾਮ ਦਾ ਮੁਕਾਬਲਾ ਕੀਤੇ ਜਹਨਮ ਪਹੁੰਚ ਗਏ ਸ਼ੁਕਰ ਹੈ ਬੀਬੀ ਜ਼ੈਨਬ ਦਾ ਬਾਬਾ ਸਾਡੇ ਵਿਹੜੇ ਆ ਸ਼ਾਲਾ ਕਦੇ ਹੀ ਧੀਆਂ ਧੁੱਪ ਤੇ ਨਾ ਬਾਬ ਸ਼ਾਲਾ ਹਸਨੈਨ ਦਾ ਨਗਰੀਆਂ ਵਸਨੀ ਤੂੰ ਮਦੀਨੇ ਵੱਲ ਵੈਸੇ ਮੇਰਾ ਇੱਕ ਪੁੱਤਰ ਹੈ 9 ਸਾਲ ਦਾ ਯਤੀਮ ਹੋਗਾ ਮੌਲਾ ਬਾਗੀ ਲੋਕ ਹਨ ਮੇਰੇ ਪੁੱਤਰ ਦੀ ਸ਼ਾਹੀ ਦਾ ਇੰਤਜ਼ਾਮ ਕਰਕੇ ਜਾ ਤੇਰੇ ਬਾਅਦ ਅਸਾਂ ਰੁੱਲ ਨਾ ਵਜੂ ਅਲੀ ਆਦੇ ਤੇਰੇ ਪੁੱਤਰ ਦਾ ਨਾਂ ਕਿਆ ਹੈ ਆਦੀ ਇਹ ਜ਼ਾਫਰ ਜੈਨ ਕਿਆ ਬਾਤ ਹੈ ਯਾਰ ਤੇਰੀ ਨਿਗਾਹ ਪਹੁੰਚ ਗਈ ਹੈ ਮੇਰੀ ਮੰਜ਼ਲ ਕਿਆ ਹੈ ਤੇਰੀ ਨਿਗਾਹ ਪਹੁੰਚ ਗਈ ਹੈ ਮੇਰੀ ਮੰਜ਼ਲ ਕਿਆ ਹੈ ਸੈਯਦ ਆਦਾ ਮੇਰੇ ਦੇਖਣਾ ਗੁਲਾਮ ਬਾਦਸ਼ਾਹੀ ਜੇ ਲਜ਼ਾ ਫਿਰ ਦਾ ਨਾ ਹੈ ਵੈਣ ਕਰੇ ਦਾ ਬਾਬਾ ਹੁਸੈਨ ਦਾ ਤਖਤ ਤੋਂ ਉਤਰਿਆ ਫਿਰ ਮੈਨੂੰ ਬਛੜਾ ਵਿਖਾ 9 ਸਾਲ ਦਾ ਬੱਚਾ ਸਾਹਮਣੇ ਆਏ ਅਲੀ ਚਾਇਆ ਸੀਨੇ ਨਾਲ ਲਾਇਆ ਉੱਚੇ ਬੈਨ ਕਰਕੇ ਕਰਬਲ ਦੇ ਮੁਸਾਫਿਰ ਦਾ ਬਾਬਾ ਰੋਇਆ ਜ਼ਾਫਿਰ ਦੀ ਮਾਂ ਦੀ ਇਹ ਕਿਉਂ ਰੋਨੇ ਤੇਰੀ ਦਾਈ ਦਾ ਪੁੱਤਰ ਸੈਯਦਾ ਦੇ ਦਿਨ ਗਿਣਦੀ ਰਾਏ ਇੱਕ ਰੁੱਤਾ ਸੀ ਇਹ ਵਸ ਪੋਸੀ ਜੰਗਲ ਚ ਮੇਰੀ ਜ਼ੈਨਬ ਕੱਲੀ ਹੋ ਸੀ
میں صدقے جاواں آ گئے اپنی منزل تے او بچڑے جیمنی اے وصف ہو سی جنگل وچ میری زینب کلی ہو سی ہونی جاتا دے سید کو ایک جملہ پڑھا ہن مر ویکھ ماتم کرن والا چٹی دہڑی والا بزرگا 51 سال دی تقدیر دا چکر چلے اکاٹھ ہجری جمعے دی نماز 2:30 دا ٹائم بیر علم وچ ظافر دی شادی ہے پنجواں سیرا ماں پتر دے گل پائے یا اسے ویلے اکبر دی جنج چاڑ کے حسین لے بیٹھے صدقے 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 تیرے رومن دا صدقے او یارا چھیڑنا بس روندے رہو کھیڑو نہیں سید خون ایویں نہیں لتھا ماں زبانی آنکھے منو کیوں چھڑیں دے اے سمبن اسود کندی بسری متھے چتیر مارے امام زمانہ دے میرا دادا ڈگ پائے ہائے 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 میں دھیاں دے پردے قربان کر رہا بس روندے آؤ چھیڑو نہیں ظافر دی شادی دے دو دعوتی جن کربلا تو گزرے مارو مارو دی آواز ہے یا بھیڑی چو باز ہے یہ حل من زابن جو زی بو انوار میں رسول اللہ یہ کوئی محمد دے دھیئے دے چادرہ بچا منوالا مرحبا یار تیرے جوڑا من دا صدقے میں سچ پڑھا میں کو غازی دی قسم ہے میں غلط پڑھا تو زندہ نہ جاما جلیا کسے ہے کوئی میرے بھیڑی جا چادرہ بچا منوالا ہے سم بن کت اسود کندی بسری متھے چ پتھر مارے رت لڑیے حسین بھک رکھے منہ تے مل کے آ دے ایویں نانے دے پیش ہو سا رمن دا جگ مومنا میں پردے نہ قربان کرا یا نال بطول کھڑیے نال رسول کھڑے پیو دا منڈا لا کے آ دیے ہن دین بچ گئی رات منہ ملے دے بیٹھے مرحبا 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 او تیرے بچڑے دا صدقے او تیرے پتر جی من او تیرے پردے قائم رہن یا جن فوج ہٹے دے قریب من داڑھی تے اکبر دے جگر دا خضاب 9000 مقام تو آباز چتیر دا سوراخ ہے کسے ویلے لاشا دو ویکھ کے آدھے رت میری آئی مر تو گا یا ایک جن موڈا لا کے آدھے کون ہے مری جانا لا شریفا نان دی پگ نال رت ہٹائیے آدھے ظافر دی شادی پہ جاندے ہو جلدی جاؤ سیرا پہ گئے ماں گانا بنہ ڈالی یا ایک جن آدھے برباد ہو گئے ہیں کون ہے سید آدھے میں حسین پاگ لہائیے جن آدھے نے خیمے کرنا سید آدھے کنا دو نویک میرے اتریے بھیڑی خیمے دے بوہے تے آگئے میدان چھوڑ دیو میرے پردہ دار نہ روا غریب دے زخمے دی رات منہ تے ملی نے کربلا دی خونی ریت زلفاں چ پائی نے ہائے حسین کریں دے بیر علم لتھن یا ماں گانے دا ڈوجا بل بلائے یا ایک جنا دے ہائے او جگ مسافر کری ہائے او جڑے بھیڑی دا بھی
ਦੱਸਦਾ ਫਿਰਿਆ ਦੇ ਕੋਈ ਕਜ਼ੀਆ ਹੋ ਗਿਆ ਵੇ ਨਾ ਉਹ ਮੇਰੀ ਸ਼ਾਦੀ ਨਾ ਬਰਬਾਦ ਕਰੋ ਆ ਦੂਜਾ ਜਿੰਨਾ ਦੇ ਨਮਕ ਹਰਾਮ ਨਾ ਬਣ ਉਹ ਕਰੇ ਹੀ ਨਾ ਸਹਿਰੇ ਪਾਵੇਂ ਇਹ ਤਾਜ ਖਾਣ ਦਿੱਤੇ ਕੰਬ ਕੇ ਜਾ ਫਿਰਿਆ ਦੇ ਪੀਰ ਅਲੀ ਪੇਟ ਕੇ ਜਿੰਨਾ ਦੇ ਹੁਸੈਨ ਮਰੀ ਦਾ ਪਿਆ ਜ਼ੈਨਬ ਵੇਦੀ ਖੜੀ ਆਈ ਟੁਰਦੇ ਵੇਲੇ ਆਦੀ ਆਈ ਮੇਰਾ ਰੀਹਾ ਖੋਦੀ ਆਫਰੀਨ 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 ਕਿਆ ਬਾਤ ਹੈ ਤੇਰੇ ਸੁਣਨ ਦੀ ਮਾਂ ਬਚੜੇ ਦਾ ਸਿਰ ਹੱਥ ਆਦਿ ਆਗ ਨਾ ਲਾਵਾਂ ਤੇਰੇ ਸਿਹਰਿਆਂ ਨੂੰ ਹੁਸੈਨ ਜੰਗਲੇ ਰੁੱਲੇ ਜ਼ੈਨਬ ਉਜੜ ਵੰਜੇ ਕੁਲ ਬਿਰਾਦਰੀ ਨਾਲ ਲਾ ਕਰ ਬਲ ਜਾ ਮੈਂ ਤੁਹਾਨੂੰ ਦੁਆ ਕਰਨ ਦਾ ਥੱਕੇ ਤੇ ਨਹੀਂ ਫਿਰ ਬੈਠੇ ਜਿਹੜੇ ਕਰਬਲਾ ਦੇ ਦਵਾਰ ਬੈਠੇ ਹੋ ਜਿਹਨੇ ਤਿੰਨੇ ਸੈਨ ਪੀਆ ਤੇ ਆ ਗੁਜ਼ਰੇ ਸਾਫਰ ਤ੍ਰੀਏ ਭੇਣੀ ਖੜਨ ਆਧੀਏ ਖੜਨ ਕਹਿ ਕੋ ਸਾਧੂ ਯਾ ਜ਼ਾਫਰ ਪੱਟੀ ਚਾੜ ਕੇ ਆਦ ਬੀਬੀ ਪਰਵਾਹ ਨ ਕਰ ਮੈਂ ਕਾਮ ਘਨ ਆਇਆ ਬੀਬੀ ਜ਼ੈਨਬ ਆਦੀ ਜ਼ਾਫਰ ਛਿੜਕੇ ਆਏ ਹੁਣ ਤ੍ਰੀਜੀ ਜ਼ਰਾ ਪਈ ਚਲਦੀ ਆਫਰੀਨ ਮੈਂ ਤੇਰੇ ਸੁਣਨ ਦਾ ਸਦਕੇ ਆਫਰੀਨ ਰੋਮਨ ਆਲਾ ਹੁਣ ਤ੍ਰੀਜੀ ਜ਼ਰਾ ਪਈ ਚਲਦੀ ਇੱਕ ਮੰਜ਼ਲ ਬਤਾ ਮੈਂ ਬਹਿਨਾ ਸੱਤ ਬਚੜੇ ਹੋਮਨੀ ਕਬਰ ਤੱਕ ਦੁਆ ਮੰਗੀ ਅੱਲਾ ਥੀ ਵੀ ਦੇ ਮੈਂ ਪਰਦੇ ਨਾ ਕੁਰਬਾਨ ਕਰਾਂ ਸੱਤਰ ਕਦਮ ਤੇ ਜ਼ੈਨਬ ਖੜੀ ਏ ਚਾਲੀ ਕਦਮ ਤੇ ਸੈਯਦ ਲੈਲਤ ਕੁਬਰਾ ਖੜੀ ਏ ਬਾਬੇ ਸਿਦਰੇ ਚ ਰਬਾਬ ਖੜੀ ਏ ਯਾਰਾ ਕਦਮਾਂ ਤੇ ਪਿਉ ਦਾ ਦਰਬਾ ਸਕੀ ਨਾ ਖੜੀ ਵੇਧੀ ਜਲੇ ਨਾਮੀ ਜ਼ਰਬ ਚਲਾਈ ਏ ਦੀ ਸੰਭਲੀ ਨਹੀਂ ਬਾਬਾ ਬਾਬਾ ਕਰੇ ਦੀ ਦੌੜੀ ਏ ਪਿਉ ਦੇ ਗੱਲ ਤੇ ਗੱਲ ਰੱਖ ਕੇ ਆਦੀ ਏ ਰੱਲੇ ਸਰਬ ਚਲਾ ਬਿਸਮਿਲਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ